ਕੋਠੀ 'ਚ ਹੈਂਡ ਗ੍ਰੇਨੇਡ ਨਾਲ ਦੋ ਬੰਦੇ ਜਾਂਦੇ ਨੇ, ਜਸਕਿਰਤ ਚਹਿਲ ਦਾ ਉਹ ਘਰ ਸੀਗਾ। ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੋਈ ਕੇਸ ਸੀ ਜਿਹੜਾ ਦੋ ਬੰਦੇ ਜਾਂਦੇ ਨੇ, ਗ੍ਰਨੇਡ ਸੁੱਟਦੇ ਨੇ, ਇੱਕ ਰਿਟਾਇਰਡ ਅਫਸਰ ਜਿਹਨੂੰ ਰਿਟਾਇਰ ਹੋ ਕੇ ਵੀ ਬਹੁਤ ਸਾਲ ਹੋ ਚੁੱਕੇ, ਅਤੇ ਉਹਦੇ ਉੱਤੇ ਇੱਕ ਟਾਰਗੇਟ ਕਰਨ ਦੀ ਉਹਨੂੰ ਕੋਸ਼ਿਸ਼ ਕੀਤੀ ਜਾਂਦੀ ਹੈ। ਕੋਈ ਪਤਾ ਨਹੀਂ ਉਹਨਾਂ ਨੂੰ ਬੈਕਗਰਾਊਂਡ, ਉਹਨਾਂ ਨੂੰ ਇੱਕ ਪੈਸੇ ਦਾ ਲਾਲਚ ਦੇ ਕੇ ਕੰਮ ਕਰਾਉਣਾ, ਇਹ ਮੋਡਿਊਲ ਬਹੁਤ ਈਜ਼ੀ ਹੋ ਗਿਆ ਹੁਣ। ਵਿਰਕ ਸਾਹਿਬ, ਤੁਸੀਂ ਵੀ ਖਬਰਾਂ ਪੜ੍ਹੀਆਂ, ਟੀਵੀਆਂ 'ਚ ਨਿਊਜ਼ ਦੇਖੀਆਂ, 2024 ਚੱਲਦਾ ਪਿਆ, 2024 ਚੱਲਦਾ ਪਿਆ, ਕੋਠੀ 'ਚ ਹੈਂਡ ਗ੍ਰੇਨੇਡ ਨਾਲ ਦੋ ਬੰਦੇ ਜਾਂਦੇ ਨੇ, ਜਸਕਿਰਤ ਚਹਿਲ ਦਾ ਉਹ ਘਰ ਸੀਗਾ ਲੇਕਿਨ ਉਹ ਉੱਥੇ ਨਹੀਂ ਰਹਿੰਦੇ ਸੀ, ਉਹਨੂੰ ਨਹੀਂ ਪਤਾ ਸੀ। ਪਰ ਸਵਾਲ ਇਹ ਹੈ, ਪਹਿਲਾਂ ਮੇਰਾ ਸਵਾਲ ਤੁਹਾਡੇ ਤੋਂ, ਤੁਸੀਂ ਵੀ ਟੈਰਿਜ਼ਮ ਦੇਖਿਆ ਟਾਈਮ, ਤੁਸੀਂ ਬੜੇ ਜ਼ਿਲ੍ਹਿਆਂ 'ਚ ਰਹੇ ਨੇ, ਹੁਣ ਆਖਿਰ ਇਹ ਇੰਨੇ ਸਾਲਾਂ ਬਾਅਦ ਇਹ ਕਿਸ ਚੀਜ਼ ਦਾ ਬਦਲਾ? ਹੈਂਡ ਗ੍ਰੇਨੇਡ ਪੰਜਾਬ ਪਹੁੰਚਦਾ, ਪਾਕਿਸਤਾਨ ਤੋਂ ਚੰਡੀਗੜ੍ਹ ਆ ਜਾਂਦਾ, ਫੈਂਕ ਕੇ ਚਲੇ ਜਾਂਦੇ ਨੇ, ਫੜੇ ਜਾਂਦੇ ਨੇ। ਸਭ ਤੋਂ ਪਹਿਲਾਂ ਉਮੇਸ਼ ਜੀ, ਤੁਹਾਡੇ ਸਾਰੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਮੇਰੇ ਵੱਲੋਂ ਸ਼ੁਭਕਾਮਨਾਵਾਂ। ਜਿਹੜੇ ਤੁਸੀਂ ਇਸ਼ੂਜ਼ ਰੇਜ਼ ਕੀਤੇ ਨੇ, ਬੜੇ ਵੈਲਿਡ ਇਸ਼ੂ ਨੇ ਔਰ ਬੜੇ ਜਾਇਜ਼ ਸਵਾਲ ਨੇ। ਦੇਖੋ, ਇੰਨੇ ਸਾਲਾਂ ਬਾਅਦ ਦੋ ਬੰਦੇ ਜਾਂਦੇ ਨੇ, ਗ੍ਰਨੇਡ ਸੁੱਟਦੇ ਨੇ, ਇੱਕ ਰਿਟਾਇਰਡ ਅਫਸਰ ਜਿਹਨੂੰ ਰਿਟਾਇਰ ਹੋ ਕੇ ਵੀ ਬਹੁਤ ਸਾਲ ਹੋ ਚੁੱਕੇ ਆ, ਅਤੇ ਉਹਦੇ ਉੱਤੇ ਇੱਕ ਟਾਰਗੇਟ ਕਰਨ ਦੀ ਉਹਨੂੰ ਕੋਸ਼ਿਸ਼ ਕੀਤੀ ਜਾਂਦੀ ਹੈ। ਇਹਦੇ ਨਾਲ ਪਹਿਲੀ ਗੱਲ ਤਾਂ ਇਹ ਸਾਬਤ ਹੁੰਦੀ ਹੈ ਕਿ ਜਿਹੜੀ ਅਸੀਂ ਮੂਵਮੈਂਟ ਸਮਝ ਚੁੱਕੇ ਹਾਂ ਕਿ ਇਹ ਖਤਮ ਹੋ ਗਈਆਂ ਨੇ, ਉਹ ਹਾਲੇ ਖਤਮ ਨਹੀਂ ਹੋਈਆਂ, ਉਹਨਾਂ ਦੇ ਅੰਡਰ ਕਰੰਟ ਹਾਲੇ ਵੀ ਚੱਲ ਰਹੇ ਨੇ ਔਰ ਆਉਣ ਵਾਲੇ ਸਮੇਂ 'ਚ ਪੁਲਿਸ ਫੋਰਸਿਸ ਔਰ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਨੇ ਅਤੇ ਸਰਕਾਰਾਂ ਪੰਜਾਬ ਦੇ ਵਿੱਚ ਜਾਂ ਕੇਂਦਰ ਵਿੱਚ ਕੰਮ ਕਰ ਰਹੀਆਂ, ਉਹਨਾਂ ਨੂੰ ਇਸ ਇਸ਼ੂ ਦੇ ਉੱਤੇ ਬੜਾ ਜਾਗਰੂਕ ਰਹਿਣਾ ਪਏਗਾ ਔਰ ਇਹ ਜਾਗਰੂਕ ਰਹਿਣ ਦੀ ਲੋੜ ਹੈ। ਦੂਸਰਾ ਜਿਹੜਾ, ਦੇਖੋ, ਅਕਸਰ ਸਾਡੀ ਡਿਸਕਸ਼ਨ ਹੁੰਦੀ ਸੀ, ਉਸ ਵੇਲੇ ਵੀ ਸਾਨੂੰ ਇਹ ਲੱਗਦਾ ਸੀ ਵੀ ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਅੱਤਵਾਦ ਨਾਲ ਲੜਦਿਆਂ ਹੋਇਆਂ, ਇਹਦੇ ਅੰਦਰ ਜਿਹੜੀਆਂ ਸਰਕਾਰਾਂ ਲਈ ਅਸੀਂ ਲੜ ਰਹੇ ਸੀ, ਉਹ ਸਰਕਾਰਾਂ ਦੀ ਜਾਂ ਉਹ ਸਰਕਾਰੀ ਏਜੰਸੀਆਂ ਦੀ ਯਾਦਾਸ਼ਤ ਬੜੀ ਕਮਜ਼ੋਰ ਸੀ ਵੀ ਸਮੇਂ ਦੇ ਨਾਲ ਉਹ ਭੁੱਲ ਜਾਣਗੇ ਵੀ ਕੀ ਹੋਇਆ ਸੀ, ਕਦੋਂ ਕੀ ਹੋਇਆ ਸੀ, ਕਦੋਂ ਕੌਣ ਲੜਿਆ ਸੀ, ਕੌਣ ਕਦੋਂ ਟਾਰਗੇਟ ਬਣਿਆ, ਅਤੇ ਉਹ ਇੰਨੇ ਸਾਲ ਬਾਅਦ ਫਿਰ ਚੱਲਿਆ। ਅਤੇ ਦੂਜੇ ਪਾਸੇ ਜਿਹੜੇ ਉਗਰਵਾਦੀ ਸਨ, ਉਹਨਾਂ ਦੀ ਯਾਦਾਸ਼ਤ ਬਹੁਤ ਸਟਰੋਂਗ ਹੈ ਅਤੇ ਸਰਕਾਰ ਨੂੰ ਕੁਝ ਸਮੇਂ ਬਾਅਦ ਕੁਝ ਚੇਤੇ ਨਹੀਂ ਰਹਿਣਾ ਅਤੇ ਉਗਰਵਾਦੀਆਂ ਨੂੰ ਸ਼ਾਇਦ ਕੁਝ ਵੀ ਭੁੱਲਣਾ ਨਹੀਂ, ਅਤੇ ਉਹ ਇੱਕ ਮੂਵਮੈਂਟ ਦੇ ਅੰਦਰ ਜਿਹੜਾ ਗੱਲ ਦੌਰ ਹੈਗਾ ਸੀ, ਉਹ ਅਸੀਂ ਕਈ ਵਾਰੀ ਡਿਸਕਸ ਕੀਤਾ ਕਿ ਇਸ ਚੀਜ਼ ਤੋਂ ਬੜਾ ਧਿਆਨ ਰੱਖਣਾ ਪਏਗਾ ਔਰ ਉਸ ਚੀਜ਼ ਨੂੰ ਸਾਬਤ ਕਰ ਦਿੱਤਾ ਇਹ ਇਸ਼ੂ ਨੇ। ਇਦੋਂ ਪਹਿਲਾਂ ਕਈ ਵਾਰੀ ਹੋਰ ਵੀ ਇਹੋ ਜਿਹੀਆਂ ਵਾਰਦਾਤਾਂ ਸਿਮੀਲਰ ਨੇਚਰ ਦੀਆਂ ਹੋਈਆਂ ਅਤੇ ਮੈਂ ਦੇਖਿਆ ਵੀ ਜਿਹੜੇ ਕਈ ਪੁਰਾਣੇ ਅਫਸਰ ਸੀ ਉਹ ਹੁਣ ਵੀ ਥੋੜਾ ਜਿਹਾ ਸੰਭਲ ਕੇ ਰਹਿੰਦੇ ਆ ਔਰ ਜਸਕੀਰਤ ਵੀ ਉਹਨਾਂ ਅਫਸਰਾਂ ਚੋਂ ਸੀ, ਜਸਕੀਰਤ ਸਿੰਘ, ਜਿਹੜੇ ਆਪਣੇ ਟਾਈਮ ਚ ਬੜੇ ਅੱਤਵਾਦ ਨਾਲ ਲੜੇ ਸੀ। ਵਿਕ ਸਾਹਿਬ, ਕਿਉਂਕਿ ਜਸਕਿਰਤ ਚਹਿਲ ਜਿਹੜੇ ਅਫਸਰ ਸੀਗੇ ਤੁਹਾਡੇ ਅੰਡਰ ਕੰਮ ਕੀਤਾ ਉਹਨਾਂ ਨੇ, ਅਸੀਂ ਡਿਸਕਸ ਕਰ ਰਹੇ ਸੀਗੇ, ਔਰ ਜਿਹੜੀ ਤੁਸੀਂ ਗੱਲ ਕਹੀ ਕਿ ਉਹਨਾਂ ਦੀ ਯਾਦਾਸ਼ਤ ਤੇਜ ਹੈ, ਅਸੀਂ ਚੇਤਾ ਭੁੱਲ ਚੁੱਕੇ ਨੇ, ਕਿਉਂਕਿ ਦੇਖੋ ਇਹ ਵੀ ਕਹਿਣਾ ਹੋਏਗਾ ਕਿ ਪੁਲਿਸ ਅਫਸਰਾਂ ਤੇ ਵੀ ਝੂਠੇ ਇਨਕਾਊਂਟਰਾਂ ਦੇ ਮਾਮਲੇ ਚੱਲੇ ਉਸ ਟਾਈਮ ਉਗਰਵਾਦ ਦੇ ਦੌਰਾਨ, ਹਾਈਕੋਰਟ ਚ ਬੜੀ ਪਟੀਸ਼ਨਾਂ ਦਾਖਲ ਹੋਈਆਂ ਨੇ,
ਇਹ ਜਿਹੜਾ ਮਾਮਲਾ ਹੈ ਜਿਸ ਕਰਕੇ ਚਹਿਲ ਵਾਲਾ ਕਿ ਸਪੈਸ਼ਲ ਇੱਕ ਅਫਸਰ ਨੂੰ, ਕਿਉਂਕਿ ਰੇਕੀ ਵੀ ਕੀਤੀ ਗਈ ਸੀ ਪਿਛਲੇ ਸਾਲ ਰੇਕੀ ਹੋਈ, ਬੰਦੇ ਵੀ ਫੜੇ ਸੀਗੇ, ਤਾਂ ਇੱਕ ਅਫਸਰ ਦੇ ਖਿਲਾਫ ਇੰਨੀ ਦੇਰ ਦੀ ਮੂਵਮੈਂਟ ਤੁਸੀਂ ਜਿਹੜੀ ਗੱਲ ਕੀਤੀ ਹੈ ਵਾਕਈ ਇਹ ਸਹੀ ਹੈ ਕਿ ਉਹਨਾਂ ਦੀ ਮੂਵਮੈਂਟ ਯਾਦ ਹੈ, ਉਹ ਆਖਿਰ ਮਸਲਾ ਕੀ ਸੀ ਔਰ ਚਹਿਲ ਦੀ ਜੇ ਆਪਾਂ ਗੱਲ ਕਰੀਏ ਤੁਹਾਡੇ ਨਾਲ ਕੰਮ ਕੀਤਾ ਕਿੱਦਾਂ ਦੇ ਅਫਸਰ ਸੀਗੇ? ਨਹੀਂ ਦੇਖੋ, ਮੇਰੇ ਜਦੋਂ SSP ਜਲੰਧਰ ਰਿਹਾ 84-85 ਦੇ ਵਿੱਚ, ਤੇ ਉਸ ਵੇਲੇ ਮੇਰੇ ਕੋਲ ਜਸਕੀਰਤ ਸਿੰਘ ਹੋਰਾਂ ਨੇ ਕੰਮ ਕੀਤਾ ਸੀ ਐਜ਼ SHO ਬੰਗਾ, ਤੇ ਉਸ ਵੇਲੇ ਡਿਊਟੀ ਕਰਦੇ ਹੋਏ ਮੈਂ ਜਿੰਨਾ ਕੁ ਦੇਖਿਆ ਸੀ ਉਹ ਇੱਕ ਡਿਊਟੀ ਕੌਨਸ਼ੀਅਸ SHO ਔਰ ਇੱਕ ਹਿੰਮਤ ਵਾਲਾ ਹੌਸਲੇ ਵਾਲਾ ਆਫਿਸਰ ਸੀ, ਔਰ ਕਈ ਵਾਰੀ ਉਹਨੂੰ ਜਦੋਂ ਕੋਈ ਇਸ ਤਰ੍ਹਾਂ ਦਾ ਕੰਮ ਆਉਂਦਾ ਸੀ ਤੇ ਦਲੇਰੀ ਨਾਲ ਆਪਣੀ ਡਿਊਟੀ ਕਰਦਾ ਸੀ, ਔਰ ਆਪਣੇ ਥਾਣੇ ਨੂੰ ਵੀ ਜਿਹੜਾ ਸੰਭਾਲਣਾ, ਹੈਂਡਲ ਕਰਨਾ, ਜਾਂ ਜਿਹੜੀ ਆਪਣੇ ਥਾਣੇ ਦੀ ਮੈਨ ਮੈਨੇਜਮੈਂਟ, ਕ੍ਰਾਈਮ ਕੰਟਰੋਲ, ਉਹ ਹਰ ਚੀਜ਼ ਦੇ ਵਿੱਚ ਠੀਕ ਔਰ ਚੰਗਾ ਆਫਿਸਰ ਸੀ। ਮੈਂ ਬਾਅਦ ਵਿੱਚ ਟ੍ਰਾਂਸਫਰ ਹੋ ਕੇ ਉੱਥੋਂ ਐਜ਼ SSP ਅੰਮ੍ਰਿਤਸਰ ਚਲਾ ਗਿਆ ਸੀ। ਬਾਅਦ ਦੇ ਵਿੱਚ ਇਹਨਾਂ ਦੀ ਟ੍ਰਾਂਸਫਰ ਨਕੋਦਰ ਐਜ਼ SHO ਹੋ ਗਈ ਸੀ, ਜਿੱਥੇ ਦੁਬਾਰਾ ਕੋਈ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਇੰਸੀਡੈਂਟ ਹੋਇਆ ਸੀ, ਜਿਹਦੇ ਵਿੱਚ ਗੋਲੀ ਚੱਲੀ ਪੁਲਿਸ ਵੱਲੋਂ ਔਰ 4 ਐਕਟੀਵਿਸਟ ਜਿਹੜੇ ਸੀ ਫੈਡਰੇਸ਼ਨ ਦੇ ਮਾਰੇ ਗਏ ਸੀ। ਔਰ ਸ਼ਾਇਦ ਹੁਣ ਜਿਹੜੀ ਗੱਲ ਨਿਕਲ ਰਹੀ ਹੈ ਉਸ ਇੰਸੀਡੈਂਟ ਦੇ ਕਰਕੇ ਹੀ ਜਸਕੀਰਤ ਸਿੰਘ ਦੇ ਉੱਤੇ ਟਾਰਗੇਟਿਡ ਅਟੈਂਪਟ ਕੀਤੀ ਗਈ ਹੈ। ਬਿਲਕੁਲ ਸਾਹਿਬ, ਇੰਨੀ ਦੇਰ ਬਾਅਦ ਇਹ ਚੀਜ਼ ਹੋਈ ਔਰ ਉਸ ਟਾਈਮ ਤੁਹਾਡੀ ਜਦੋਂ ਤੁਸੀਂ ਅਫਸਰ ਸੀਗੇ, ਜਦੋਂ ਇਹ ਅਟੈਂਪਟ ਹੋਈ ਜਾਂ ਉਸ ਦੌਰਾਨ ਕੋਈ ਗੱਲ ਹੋਈ ਹੋਣੀ, ਉਸ ਤੋਂ ਬਾਅਦ ਕੋਈ ਗੱਲ ਹੋਈ ਜਾਂ ਹੁਣ ਜਿੱਦਾਂ ਉਹਨਾਂ ਦੇ ਅਟੈਕ ਹੋਇਆ, ਔਰ ਉਹ ਇੰਸੀਡੈਂਟ ਕਿਵੇਂ ਦਾ ਸੀ? ਬੀਂਗ ਏ ਪੁਲਿਸ ਅਫਸਰ, ਕਿਆ ਵੀ ਉਹ ਇੱਕ ਡਿਊਰਿੰਗ ਜਦੋਂ ਕਨਫਰੰਟ ਹੁੰਦਾ ਹੈ ਉਸ ਟਾਈਮ ਦੀ ਗੋਲੀਬਾਰੀ ਹੋਈ, ਕੇਸ ਵੀ ਮੈਨੂੰ ਹਾਈ ਕੋਰਟ ਚ ਫਿਰ ਦੇਖਿਆ ਕਈ ਚੀਜ਼ਾਂ ਹੋਈਆਂ ਨੇ, ਤਾਂ ਉਸ ਟਾਈਮ ਦਾ ਜਿਹੜਾ ਕੇਸ ਸੀਗਾ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦੱਸੋ ਕਿ ਹੋਇਆ ਕੀ ਸੀ, ਗੋਲੀ ਕਿਨ ਹਾਲਾਤਾਂ ਚ ਚੱਲੀ ਸੀ? ਨਹੀਂ ਦੇਖੋ, ਮੈਂ ਉਸ ਵੇਲੇ ਕਿਉਂਕਿ ਦੂਜੇ ਜ਼ਿਲ੍ਹੇ ਚ ਕੰਮ ਕਰ ਰਿਹਾ ਸਾਂ ਤੇ ਮੈਨੂੰ ਉਹਦਾ ਫਸਟ ਹੈਂਡ ਨੌਲੇਜ ਨਹੀਂ ਹੈ, ਪਰ ਮੈਂ ਜਿੰਨੀਆਂ ਕੁ ਉਸ ਵੇਲੇ ਰਿਪੋਰਟਾਂ ਦੇਖੀਆਂ ਸੀ ਉਹਦੇ ਚ ਇਹ ਹੋਇਆ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੋਈ ਕੇਸ ਸੀ ਜਿਹੜਾ ਨਕੋਦਰ ਦੇ ਕਿਸੇ ਗੁਰਦੁਆਰੇ ਚ ਰਿਪੋਰਟ ਹੋਇਆ ਸੀ। ਉਸ ਤੋਂ ਬਾਅਦ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਇੱਕ ਆਰਗੇਨਾਈਜੇਸ਼ਨ ਸੀ ਜਿਹੜੀ ਮਿਲੀਟੈਂਟਸ ਦੇ ਨਾਲ ਕੋਆਰਡੀਨੇਸ਼ਨ ਦਾ ਕੰਮ ਕਰਦੀ ਸੀ, ਬੜੀ ਐਕਟਿਵ ਆਰਗੇਨਾਈਜੇਸ਼ਨ ਸੀ ਔਰ ਉਹਦੇ ਚ ਉਹਨਾਂ ਦੀ ਫਾਲੋਇੰਗ ਵੀ ਅੱਛੀ ਸੀ। ਇਹਨਾਂ ਨੇ ਇੱਕ ਕਾਲ ਦੇ ਕੇ ਉੱਥੇ ਆਪਣਾ ਇਜਲਾਸ ਰੱਖਿਆ ਨਕੋਦਰ, ਉਹਦੇ ਵਿੱਚ ਫਿਰ ਜਗ੍ਹਾ ਜਗ੍ਹਾ ਤੋਂ ਯੰਗ ਮੁੰਡੇ ਆ ਕੇ ਜਿਹੜੇ ਮੈਂਬਰ ਸਨ ਉਹ ਇਕੱਠੇ ਹੋਏ, ਉਦੋਂ ਬਾਅਦ ਜਲੂਸ ਕੱਢਿਆ ਔਰ ਜਲੂਸ ਦੇ ਵਿੱਚ ਕੋਈ ਪੁਲਿਸ ਨਾਲ ਇਹਨਾਂ ਦੀ ਕੋਈ ਤਲਖ ਕਲਾਮੀ ਜਾਂ ਕੋਈ ਅਲਟਰਕੇਸ਼ਨ ਹੋਈ, ਜਿਹਦੇ ਕਰਕੇ ਵਾਇਲੈਂਸ ਫੈਡਰੇਸ਼ਨ ਵੱਲੋਂ ਹੋਇਆ ਤੇ ਪੁਲਿਸ ਵੱਲੋਂ ਉਹਦੇ ਨਤੀਜੇ ਦੇ ਰੂਪ ਦੇ ਵਿੱਚ ਫਾਇਰਿੰਗ ਕੀਤੀ ਗਈ, ਜਿਹਦੇ ਵਿੱਚ 4 ਮੈਂਬਰ ਇਹਨਾਂ ਦੇ ਮਾਰੇ ਗਏ। ਬਾਅਦ ਦੇ ਵਿੱਚ ਕਮਿਸ਼ਨ ਆਫ ਇਨਕੁਆਇਰੀ ਅਪੁਆਇੰਟ ਹੋਇਆ ਸੀ। ਮੈਨੂੰ ਇਸ ਚੀਜ਼ ਦੀ ਫਸਟ ਹੈਂਡ ਨੌਲੇਜ ਨਹੀਂ ਹੈ, ਪਰ ਜਿੰਨੇ ਕੁ ਮੈਨੂੰ ਤੱਥ ਯਾਦ ਨੇ ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਉਹਦੇ ਚ ਵਾਇਲੈਂਸ ਫੋਲੋਡ ਬਾਈ ਪੁਲਿਸ ਫਾਇਰਿੰਗ ਇਸ ਤਰ੍ਹਾਂ ਸੀ, ਤੇ ਬਾਅਦ ਦੇ ਵਿੱਚ ਜੁਡੀਸ਼ੀਅਲ ਇਨਕੁਆਇਰੀ ਵੀ ਹੋਈ ਸੀ। ਪਰ ਇਹ ਇੰਸੀਡੈਂਟ 86 ਫਰਵਰੀ ਦਾ ਮੇਰੇ ਖਿਆਲ ਚ, ਤੇ ਔਰ ਹੁਣ ਜਸਕੀਰਤ ਤੋਂ ਰਿਟਾਇਰ ਹੋਇਆ ਵੀ ਜਸਕੀਰਤ ਸਿੰਘ ਬਾਅਦ ਚ ਐਜ਼ SP ਰਿਟਾਇਰ ਹੋਏ, ਤੇ ਮੇਰਾ ਆਪਣਾ ਖਿਆਲ ਸੀ ਕਿ ਹੁਣ ਤੱਕ ਚੀਜ਼ ਖਤਮ ਹੋ ਗਈ ਸੀ ਇਸ ਤਰ੍ਹਾਂ ਲੱਗ ਰਿਹਾ ਸੀ। ਬਟ ਗੱਲ ਹੋਈ ਉਸ ਐਪੀਸੋਡ ਤੋਂ ਬਾਅਦ ਹਾਲ ਚ ਦਿਨਾਂ ਚ ਨਹੀਂ, ਉਸ ਤੋਂ ਬਾਅਦ ਹਾਲ ਦੇ ਵਿੱਚ ਨਹੀਂ, ਉਸ ਤੋਂ ਬਾਅਦ ਜਸਕੀਰਤ ਮਿਲੀਟੈਂਸੀ ਦੇ ਦਿਨਾਂ ਦੇ ਵਿੱਚ
ਇੱਕ ਐਕਟਿਵ ਪੁਲਿਸ ਅਫਸਰ ਬਣ ਕੇ ਉਹਨੇ ਕੰਮ ਕੀਤਾ ਔਰ ਹਰ ਥਾਂ ਤੇ ਉਹਨੇ ਆਪਣਾ ਫਰਜ਼ ਚੰਗੀ ਤਰ੍ਹਾਂ ਪ੍ਰੋਫੈਸ਼ਨਲੀ ਐਜ਼ ਅ ਪੁਲਿਸ ਅਫਸਰ ਨਿਭਾਇਆ। ਪਰ ਕੀ ਹੁੰਦਾ ਜਦੋਂ ਇਸ ਤਰ੍ਹਾਂ ਦੀ ਕੋਈ ਹੋ ਜਾਂਦਾ ਤੇ ਕਈ ਵਾਰੀ ਉਸ ਚੀਜ਼ ਨੂੰ ਇੱਕ ਪਰਸਨਲ ਲੈਵਲ ਦੇ ਉੱਤੇ ਮਨ ਲਿਆ ਜਾਂਦਾ ਵੀ ਇਹਨੇ ਆਹ ਕੀਤਾ ਤੇ ਆਪਾਂ ਇਹਦੇ ਤੋਂ ਬਦਲਾ ਲੈਣਾ। ਅੱਛਾ, ਉਸ ਚੀਜ਼ ਦੇ ਵਿੱਚ ਕਈ ਵਾਰੀ ਉਹ ਚੀਜ਼ ਅੱਗੇ ਜਿਹੜੀ ਕਿ ਇੱਕ ਵਾਰੀ ਖਤਮ ਹੋ ਜਾਂਦੀ ਉਹ ਅੱਗੇ ਚੱਲ ਪੈਂਦੀ ਹੈ, ਚੱਲਦੀ ਰਹਿੰਦੀ ਹੈ। ਹੁਣ ਵੀ ਇੱਥੇ ਜੇ ਤੁਸੀਂ ਦੇਖੋ ਤੇ ਮਿਲੀਟੈਂਟਾਂ ਨੇ ਇਹ ਕੰਮ ਨਹੀਂ ਕੀਤਾ, ਜਿਹੜੇ ਜੇ ਅਸੀਂ ਸਿੱਖ ਮਿਲੀਟੈਂਟ ਦਾ ਕੰਮ ਹੈ ਇਹ ਕਹੀਏ ਤੇ ਨਹੀਂ, ਇਹ ਉਹਨਾਂ ਨੇ ਕੈਜੂਅਲ ਬੰਦੇ ਭੇਜ ਕੇ ਪੈਸੇ ਦਾ ਲਾਲਚ ਦੇ ਕੇ ਜਾ ਕੇ ਉੱਥੇ ਗ੍ਰਨੇਡ ਭੇਜ ਸੁੱਟੋ, ਸਿਰਫ ਇਨਫੋਰਮੇਸ਼ਨ ਪਾਸ ਕਰ ਦਿੱਤੀ ਗਈ ਹੈ ਔਰ ਦੋ ਦਿਹਾੜੀਏ ਕੈਜੂਅਲ ਲੇਬਰ ਭੇਜ ਕੇ ਉਹ ਕੰਮ ਕਰਵਾਇਆ ਗਿਆ ਤੇ ਉਹਨਾਂ ਨੂੰ ਵੀ ਇਹ ਪਤਾ ਨਹੀਂ ਵੀ ਕੀ ਕਰਨਾ ਸੀ ਕਿਉਂ ਕਰਨਾ ਸੀ। ਵਿਰਕ ਸਾਹਿਬ, ਮੈਂ ਇਸ ਸਵਾਲ ਤੇ ਜ਼ਰੂਰ ਆਵਾਂਗਾ, ਤੁਸੀਂ ਚੰਗਾ ਕਿਹਾ। ਪਿਛਲੇ ਕੁਝ ਸਾਲ ਤੋਂ ਅਸੀਂ ਦੇਖ ਰਹੇ ਕਿ ਇਹ ਟਾਰਗੇਟ ਨੂੰ ਹਿੱਟ ਕਰਨ ਵਾਸਤੇ ਤੁਸੀਂ ਵਰਡ ਯੂਜ਼ ਕੀਤਾ ਵੀ ਦਿਹਾੜੀ ਤੇ, ਕੋਈ ਪਤਾ ਨਹੀਂ ਉਹਨਾਂ ਨੂੰ ਬੈਕਗ੍ਰਾਉਂਡ, ਉਹਨਾਂ ਨੂੰ ਇੱਕ ਪੈਸੇ ਦਾ ਲਾਲਚ ਦੇ ਕੇ ਕੰਮ ਕਰਾਉਣਾ, ਇਹ ਮੋਡਿਊਲ ਬਹੁਤ ਈਜ਼ੀ ਹੋ ਗਿਆ ਹੁਣ। ਦੇਖੋ, ਇਸ ਤਰ੍ਹਾਂ ਹੁੰਦਾ ਵੀ ਜਿਹੜੇ ਆਰਗੇਨਾਈਜ਼ਡ ਗਰੁੱਪ ਨੇ ਉਹ ਇਹ ਸੋਚ ਕੇ ਵੀ ਸਾਡਾ ਕੱਲ ਨੂੰ ਆਪਣੀ ਮੂਵਮੈਂਟ ਜਾਂ ਆਪਣੀ ਐਕਟੀਵਿਟੀ ਬਾਹਰ ਨਾ ਆਵੇ ਤੇ ਜਿਹੜਾ ਕੋਈ ਕੰਮ ਇਸ ਤਰ੍ਹਾਂ ਦੇ ਬੰਦਿਆਂ ਤੋਂ ਕਰਵਾਇਆ ਜਾ ਸਕਦਾ ਤੇ ਜਿਹੜੇ ਇਹਦੇ ਨਾਲ ਡਾਇਰੈਕਟਲੀ ਇਨਵੋਲਵ ਨਾ ਹੋਣ, ਕਿਉਂਕਿ ਜਦੋਂ ਫਰਜ਼ ਕਰੋ ਕੋਈ ਬੰਦਾ ਫੜਿਆ ਜਾਂਦਾ ਉਹ ਜੇ ਡਾਇਰੈਕਟਲੀ ਇਨਵੋਲਵ ਨਹੀਂ ਹੈ ਔਰ ਉਹਦਾ ਪੁਰਾਣਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਜਾਂ ਟੈਰਰਿਜ਼ਮ ਦੇ ਨਾਲ ਕੋਈ ਬੈਕਗ੍ਰਾਉਂਡ ਨਹੀਂ ਹੈ ਤੇ ਉਹ ਬੰਦੇ ਦੇ ਉਸ ਗੱਲ ਨੂੰ ਥੋੜਾ ਜਿਹਾ ਲਾਈਟਲੀ ਲਿਆ ਜਾਂਦਾ ਹੈ ਔਰ ਕੁਝ ਚਿਰ ਬਾਅਦ ਉਹਦੀ ਬੇਲ ਹੋ ਜਾਏਗੀ ਜਾਂ ਉਹ ਕੇਸ ਦੇ ਵਿੱਚ 6 ਮਹੀਨੇ ਦੀ ਸਜ਼ਾ ਹੋ ਕੇ ਗੱਲ ਖਤਮ ਹੋ ਜਾਏਗੀ ਤੇ ਉਸ ਕਰਕੇ ਇਸ ਤਰ੍ਹਾਂ ਦੇ ਐਲੀਮੈਂਟਸ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਇਹਨਾਂ ਦੇ ਆਰਗੇਨਾਈਜ਼ਰ ਨੇ ਉਹਨਾਂ ਵੱਲੋਂ। ਵਿਰਕ ਸਾਹਿਬ, ਪਰ ਇਹ ਵੀ ਸਵਾਲ ਹੈ ਕਿ ਡਰੋਨ ਦੇ ਰਾਹੀਂ ਪੰਜਾਬ ਚ ਡਰੱਗਸ ਆ ਰਿਹਾ, ਵੈਪਨ ਆ ਰਹੇ ਆ, ਹੈਂਡ ਗ੍ਰੈਨੇਡ ਆ ਰਹੇ ਨੇ, ਕਰੰਸੀ ਆ ਰਹੀ ਹੈ ਜਾਲੀ ਕਰੰਸੀ, ਪੰਜਾਬ ਸ਼ੁਰੂ ਤੋਂ ਪਤਾ ਹੈ ਔਰ ਟੈਕਨੋਲੋਜੀ ਵਾਈਜ਼ ਹੈ, ਸਾਡੀ ਸਿਕਿਉਰਿਟੀ ਏਜੰਸੀਆਂ ਲਈ ਵੀ ਇੱਕ ਚੈਲੰਜ ਤਾਂ ਹੈ ਹੀ ਹੈ ਇਸ ਚੀਜ਼ ਨੂੰ ਰੋਕਣ। ਦੇਖੋ, ਛੋਟਾ ਚੈਲੰਜ ਨਹੀਂ, ਬਹੁਤ ਵੱਡਾ ਚੈਲੰਜ ਹੈ। ਸੀ ਇਹ ਜਿਹੜਾ ਹੈ ਉਧਰੋਂ ਦੇਖੋ, ਪਰ ਸਾਡੇ ਟਾਈਮ ਦੇ ਉੱਤੇ HE-36 ਨਾਰਮਲ ਹੈਂਡ ਗ੍ਰੇਨੇਡ ਹੁੰਦਾ ਸੀ, ਹੁਣ ਆ ਕੋਈ HG-84 ਮੈਂ ਉਹਨੂੰ ਹੈਂਡਲ ਨਹੀਂ ਕਦੇ ਕੀਤਾ, ਪਰ ਇੰਨਾ ਹੈ ਵੀ ਪਾਕਿਸਤਾਨ ਦੇ ਵਿੱਚੋਂ ਬਣਦਾ ਤੇ ਉੱਥੋਂ ਦੀਆਂ ਜਿਹੜੀਆਂ ਆਰਡੀਨੈਂਸ ਫੈਕਟਰੀਜ਼ ਨੇ ਉਹਨਾਂ 'ਚ ਬਣਦਾ ਤੇ ਓਬਵੀਅਸਲੀ ਉੱਥੋਂ ਜੇ ਆਇਆ ਡਰੋਨ ਰਾਹੀਂ ਆਇਆ ਜਾਂ ਸਮਗਲ ਹੋ ਕੇ ਆਇਆ, ਇਹ ਚਿੰਤਾ ਵਾਲੀ ਗੱਲ ਹੈ ਤੇ ਇਸ ਤਰ੍ਹਾਂ ਦੇ ਹੋਰ ਹਥਿਆਰ ਕਿੰਨੇ ਕੁ ਆਏ ਹੋਣਗੇ ਜਾਂ ਹੋਰ ਕਿਸ ਤਰ੍ਹਾਂ ਦੇ ਹਥਿਆਰ ਆਏ ਹੋਣਗੇ ਤੇ ਇਹ ਥੋੜਾ ਜਿਹਾ ਡੂੰਘਾਈ 'ਚ ਜਾ ਕੇ ਇਹਦੀ ਤਫਤੀਸ਼ ਕਰਨ ਦੀ ਲੋੜ ਹੈ ਤਾਂ ਕਿ ਜੇਕਰ ਕੁਝ ਹੋਰ ਵੀ ਇਹਦੇ ਆਫਸ਼ੂਟਸ ਹੋਣ ਉਹਨਾਂ ਨੂੰ ਵੀ ਕੰਟਰੋਲ ਕੀਤਾ ਜਾਣਾ ਚਾਹੀਦਾ। ਇੱਕ ਲਾਸਟ ਸਵਾਲ ਵਿਰਕ ਸਾਹਿਬ, ਕਿ ਇੱਕ ਜਿਹੜਾ ਨੇ ਟੈਰਰਿਜ਼ਮ ਦਾ ਟਾਈਮ ਦੇਖਿਆ ਉਹਨਾਂ ਦੀ ਹਾਲਾਂਕਿ ਸਿਕਿਉਰਿਟੀ ਵਧਾ ਦਿੱਤੀ ਗਈ ਹੈ, ਇਨਪੁੱਟ ਇੰਟੈਲੀਜੈਂਸ ਕੋਲ ਹੁੰਦੇ ਨੇ ਤੁਹਾਡੀ, ਚਾਹੇ ਮੈਂ ਦੇਖਿਆ ਸਿਕਿਉਰਿਟੀ ਹੈ ਪ੍ਰੋਪਰ ਹੈ, ਕਿਆ ਇਸ ਐਪੀਸੋਡ ਤੋਂ ਬਾਅਦ ਇੱਕ ਲੱਗਦਾ ਹੈ ਵੀ ਥੋੜਾ ਜਿਹਾ ਇੱਕ ਦਿਲ 'ਚ ਡਰ ਵੀ ਨਹੀਂ ਸਾਰਿਆਂ ਦੇ, ਕਿਉਂਕਿ ਤੁਸੀਂ ਸਾਬਕਾ ਪੁਲਿਸ ਅਫਸਰ ਰਹੇ ਹੋ, ਟੈਰਰਿਜ਼ਮ ਟਾਈਮ ਦੇਖਿਆ, ਉਗਰਵਾਦੀ ਫੜੇ, ਇਨਕਾਊਂਟਰ ਹੋਏ? ਨਹੀਂ, ਦੇਖੋ ਇਸ ਤਰ੍ਹਾਂ ਹਮੇਸ਼ਾ ਤੁਹਾਨੂੰ ਓਵਰ ਐਕਸਪੋਜਰ ਅਵੋਇਡ ਕਰਨਾ ਚਾਹੀਦਾ ਔਰ ਉਸ ਤਰ੍ਹਾਂ ਵੀ ਭਾਵੇਂ ਉਹ ਸਰਵਿੰਗ ਆਫਿਸਰ ਨੇ ਜਿਹੜੇ ਅੱਜ ਗੈਂਗਸਟਰ ਦੇ ਨਾਲ ਲੜ ਰਹੇ ਨੇ ਜਾਂ ਪੁਰਾਣੇ ਟਾਈਮ ਜਿਹੜੇ ਅੱਤਵਾਦ ਦੇ ਖਿਲਾਫ਼ ਲੜੇ ਸੀ, ਉਹਨਾਂ ਸਾਰੇ ਆਫਿਸਰ ਨੂੰ
ਪਰਸਨਲ ਸਿਕਿਉਰਿਟੀ ਦਾ ਥੋੜਾ ਜਿਹਾ ਧਿਆਨ ਰੱਖਣਾ ਜ਼ਰੂਰੀ ਹੁੰਦਾ, ਵੈਸੇ ਵੀ ਰੱਖਣਾ ਚਾਹੀਦਾ। ਔਰ ਮੇਰੇ ਖਿਆਲ ਦੇ ਵਿਚ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਇਹਨਾਂ ਨੇ ਬੰਦੇ ਫੜ ਲਏ ਆ, ਹੁਣ ਉਹਦੇ ਵਿਚ ਪੂਰਾ ਕੋਖ ਕਰਕੇ ਪ੍ਰੋਬ ਕਰਕੇ ਡੀਪ ਜਾ ਕੇ ਜਿਹੜੇ ਹੋਰ ਕੰਸਰਨਡ ਬੰਦੇ ਨੇ ਉਹਨਾਂ ਤੱਕ ਵੀ ਪਹੁੰਚਣਾ ਜ਼ਰੂਰੀ ਹੈ, ਤਾਂ ਕਿ ਇਸ ਚੀਜ਼ ਨੂੰ ਜੇਕਰ ਇਹਦੀ ਕੋਈ ਜੜ ਹੈ ਤੇ ਉਹਨੂੰ ਪੁੱਟਿਆ ਜਾ ਸਕੇ। ਪਰ ਵਿਕ ਸਾਹਿਬ ਗੱਲ ਇਹ ਹੈ ਕਿ ਜਿਹੜੇ ਇਹਨਾਂ ਦੇ ਆਕਾ ਨੇ ਜਿਹਨੂੰ ਕਹਿੰਦੇ ਨੇ ਉਹ ਤਾਂ ਬਾਹਰ ਬੈਠੇ ਨੇ, ਹੁਣ ਜਿਹੜਾ ਨਾਮ ਆ ਰਿਹਾ ਪਰਸੀਆਂ ਦਾ ਉਹ ਤਾਂ ਅਮਰੀਕਾ ਕਹਿੰਦੇ ਬੈਠਿਆ, ਰਹਿੰਦਾ ਪਾਕਿਸਤਾਨ ਚ ਬੈਠਿਆ, ਅੱਜ ਕੱਲ ਵਟਸਐਪ ਕਾਲਾਂ ਦਾ ਜ਼ਮਾਨਾ ਹੈ, ਐਪ ਨੇ, ਤੁਸੀਂ ਬੰਦੇ ਨੂੰ ਕਹੋ ਜੀ ਫੜ 50,000 ਜਾ ਕੇ ਇਹ ਚੀਜ਼ ਕਰਨੀ ਆ, ਉੱਥੇ ਬੰਦਾ ਸੁੱਟੂਗਾ, ਇਹ ਕਿਵੇਂ ਕਰ ਸਕਦੇ ਬਾਹਰ ਬੈਠ ਕੇ ਬੰਦੇ ਨੂੰ ਤਾਂ ਤੁਸੀਂ ਫੜਨਾ ਬਹੁਤ ਔਖਾ ਹੈ। ਦੇਖੋ ਟੈਕਨੋਲੋਜੀ ਔਰ ਉਹ ਸਾਰਾ ਕੁਝ ਜਿਹੜਾ ਐਡਵਾਂਸਮੈਂਟ ਜਿਹੜੀ ਹੈ ਉਹਦਾ ਫਾਇਦਾ ਉਹਨਾਂ ਨੂੰ ਮਿਲ ਰਿਹਾ, ਉਸੇ ਤਰ੍ਹਾਂ ਜਿਹੜੇ ਹਥਿਆਰ ਡਰੋਨ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਉਹ ਸਾਰੀ ਦਾ ਐਡਵਾਂਟੇਜ ਜਿਹੜਾ ਉਹ ਇਸ ਤਰ੍ਹਾਂ ਦੀਆਂ ਜਿਹੜੀ ਅੰਡਰਗਰਾਊਂਡ ਮੂਵਮੈਂਟਸ ਹੁੰਦੀਆਂ ਉਹਨਾਂ ਨੂੰ ਮਿਲਦਾ ਹੈ। ਦੂਸਰਾ ਕੀ ਹੁੰਦਾ, ਤੁਸੀਂ ਲੋਕਤੰਤਰ ਦੇ ਵਿੱਚ ਪੁਲਿਸ ਤੇ ਪ੍ਰਸ਼ਾਸਨ ਦੇ ਉੱਤੇ ਨਕੇਲ ਹੁੰਦੀ ਹੈ, ਇੱਕ ਲਛਮਣ ਰੇਖਾ ਵਹੀ ਹੁੰਦੀ ਹੈ ਵੀ ਤੁਸੀਂ ਉਹਨੂੰ ਨਹੀਂ ਟੱਪ ਸਕਦੇ। ਜਿਹੜੇ ਇਸ ਤਰ੍ਹਾਂ ਦੇ ਗੈਂਗਸਟਰ ਤੇ ਮਿਲੀਟੈਂਟਸ ਹੁੰਦੇ ਆ ਉਹਨਾਂ ਲਈ ਕੋਈ ਇਸ ਤਰ੍ਹਾਂ ਦੀ ਲਕੀਰ ਨਹੀਂ, ਉਹਨਾਂ ਨੇ ਇੱਕ ਮਿਸ਼ਨ ਨੂੰ ਹਾਸਲ ਕਰਨ ਲਈ ਕੋਈ ਵੀ ਲਾਈਨ ਕ੍ਰੋਸ ਕਰ ਦੇਣੀ ਹੈ, ਕੁਝ ਵੀ ਕਰ ਦੇਣਾ, ਤੇ ਉਹਦਾ ਜਿਹੜਾ ਮੁਕਾਬਲਾ ਕਰਦਿਆਂ ਪੁਲਿਸ ਫੋਰਸ ਨੂੰ ਜਿਹੜਾ ਐਕਸ਼ਨ ਲੈਣਾ ਪੈਣਾ ਉਹ ਬੜਾ ਸੰਭਲ ਕੇ ਲੈਣਾ ਪੈਣਾ ਔਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਲੈਣਾ ਪੈਣਾ। ਉਸ ਕਰਕੇ ਜਿਹੜਾ ਨਾ ਔਖਾ ਹੋ ਜਾਂਦਾ, ਮਤਲਬ ਲੋਕਤੰਤਰ ਦੇ ਵਿੱਚ ਜਿਹੜੀ ਸਰਕਾਰੀ ਮਸ਼ੀਨਰੀ ਜਾਂ ਸਾਡਾ ਲੀਗਲ ਸਿਸਟਮ, ਤੁਸੀਂ ਇੱਕ ਮੈਂ ਪੜ੍ਹ ਰਿਹਾ ਸੀ ਕਿਤੇ ਸ਼ੇਅਰ ਸੀ ਕਿ ਮਹਿਸੂਸ ਤੁਸੀਂ ਡੈਮੋਕ੍ਰੇਸੀ ਦੇ ਅੰਦਰ ਬਹੁਤ ਪਾਬੰਦੀਆਂ ਨੇ, ਸਾਡਾ ਸਿਸਟਮ ਜਿਹੜਾ ਜਿਹਦੇ ਨਾਲ ਅਸੀਂ ਲੜ ਰਹੇ ਹਾਂ ਜਿਹਨੂੰ ਲੈ ਕੇ ਉਹ ਬੜਾ ਫ੍ਰੇਜਾਈਲ ਹੈ, ਬੜਾ ਕਹਿੰਦਾ ਮਹਿਸੂਸ ਇਹ ਹੋਤਾ ਹੈ ਯੇ ਦੌਰੇ ਤਬਾਹੀ ਹੈ, ਸ਼ੀਸ਼ੇ ਕੀ ਅਦਾਲਤ ਮੈਂ ਪੱਥਰ ਕੀ ਗਵਾਹੀ ਹੈ। ਉਹ ਮਿਲੀਟੈਂਟਸ ਨੂੰ ਉੱਤੇ ਕੋਈ ਪਾਬੰਦੀ ਨਹੀਂ ਹੈ ਤੇ ਪੁਲਿਸ ਫੋਰਸ ਔਰ ਇਹਨਾਂ ਉੱਤੇ ਕਾਨੂੰਨੀ ਐਡਮਿਨਿਸਟ੍ਰੇਟਿਵ ਪਾਬੰਦੀਆਂ ਹੈਗੀਆਂ, ਤੇ ਜਿਹਦੇ ਕਰਕੇ ਕੰਮ ਔਖਾ ਵੀ ਹੋ ਜਾਂਦਾ ਹੈ ਔਰ ਰਿਜ਼ਲਟਸ ਇਫੈਕਟ ਹੁੰਦੇ ਆ। ਪਰ ਫਿਰ ਵੀ ਪੰਜਾਬ ਪੁਲਿਸ ਨੇ ਪਹਿਲਾਂ ਉਗਰਵਾਦ ਤੇ ਕਾਬੂ ਪਾਇਆ, ਆਪਣੀ ਉਹਨਾਂ ਨੇ ਬੈਟਲ ਵਰਦੀਨੈਸ ਪ੍ਰੂਵ ਕੀਤੀ ਹੋਈ ਹੈ, ਤੇ ਮੈਨੂੰ ਯਕੀਨ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿਹੜੇ ਚੈਲੰਜਸ ਸਾਹਮਣੇ ਆਉਣਗੇ ਉਹਨਾਂ ਦੇ ਉੱਤੇ ਪੂਰੇ ਉਤਰਨਗੇ। ਤੇ ਪਰ ਮੈਨੂੰ ਇਹ ਹੈ ਵੀ ਇਹਨਾਂ ਨੂੰ ਲੱਭਣਾ ਚਾਹੀਦਾ ਇਹਦੇ ਅੰਦਰ, ਜਿਵੇਂ ਉਹਨਾਂ ਨੇ ਫੜ ਲਿਆ, ਬੜੀ ਐਪਰੀਸ਼ੀਏਟ ਕਰਨ ਵਾਲੀ ਗੱਲ ਹੈ ਕਿ ਉਹਨਾਂ ਨੇ ਬੜੀ ਜਲਦੀ ਫੜ ਲਿਆ, ਤੇ ਹੁਣ ਉਹਦੇ ਨਾਲ ਜਿਹੜੇ ਹੋਰ ਰਿਲੇਟਡ ਗਰੁੱਪ ਨੇ ਉਹ ਵੀ ਫੜਨੇ ਜ਼ਰੂਰੀ ਨੇ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇੱਦਾਂ ਡਰੋਨ ਦੇ ਨਾਲ ਆ ਰਿਹਾ ਜਾਂ ਸਮਗਲ ਹੋ ਕੇ ਆ ਰਿਹਾ, ਉਹ ਵੀ ਜਿਹੜੇ ਸਿਸਟਮ ਨੇ ਉਹਨਾਂ ਨੂੰ ਤੋੜਨਾ, ਕੱਟ ਆਫ ਕਰਨਾ ਬਹੁਤ ਜ਼ਰੂਰੀ ਹੈ। ਤੇ ਮੈਨੂੰ ਉਮੀਦ ਹੈ ਵੀ ਪੰਜਾਬ ਪੁਲਿਸ ਉੱਥੇ ਵੀ ਪੂਰਾ ਉਤਰੇਗੀ, ਪੰਜਾਬ ਦਾ ਪ੍ਰਸ਼ਾਸਨ ਉਹਦੇ ਲਈ ਵੀ ਪੂਰੇ ਸਟੈਪਸ ਲਏਗਾ।